ਨਹੀਂ ਸੁਣਦਾ ਨਹੀਂ ਤੈਨੂੰ, ਕਿੱਧਰ ਦਗੜ ਦਗੜ ਭੱਜੀ ਜਾਣੀ ਆ, ਪਹਿਲਾਂ ਸਫਾਈ ਕਰ ਲਾ। ਮੰਮੀ ਸੁਣਦਾ ਤੇ ਮੈਨੂੰ ਸਾਰਾ ਕੁਝ ਸਹੀ ਸਹੀ ਆ, ਪਰ ਤੁਸੀਂ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਓ, ਮੈਂ ਕੰਮ ਕਰ ਰਿਹਾ ਸਿਰਫ ਬਾਹਰ ਦੇ, ਜਿੰਨਾ ਕੰਮਾਂ ਕਰਕੇ ਤੁਸੀਂ ਮੈਨੂੰ ਦੋਹਰੇ ਇੱਥੇ ਲਿਆਂਦਾ ਤੇ ਜਿਹੜੇ ਤੁਹਾਡੇ ਕੋਲ ਹੁੰਦੇ ਨਹੀਂ ਆ। ਚੱਲ ਚੱਲ ਬਹੁਤੀ ਜ਼ਬਾਨ ਨਾ ਲੜਾ, ਜਾ ਕੇ ਤਾਂ ਆਪਣਾ ਕੰਮ ਕਰ ਬਾਹਰ ਵਾਲਾ, ਸਫਾਈ ਆਣ ਕੇ ਕਰ ਲਈ ਚੱਲ। ਹਾਏ ਮੇਰੀ ਵਿਚਾਰੀ ਭਾਬੀ, ਥੱਕ ਹੀ ਗਈ ਕੰਮ ਕਰ ਕਰਕੇ। ਹੈਲੋ, ਹਾਂਜੀ ਗਗਲ, ਕਰਾਂ ਫਿਰ ਮੈਂ ਆਪਣਾ ਕੰਮ ਸ਼ੁਰੂ। ਹਾਂ ਦਵਿੰਦਰ, ਕੀ ਸਬੂਤ ਤੇਰੇ ਕੋਲ? ਮੰਮੀ ਫੋਨ 'ਚ ਵੀਡੀਓ ਸੀ ਮੇਰੇ 'ਚ, ਮੇਰੇ ਤਾਂ ਫੋਨ ਦਾ ਪਾਸਵਰਡ ਵੀ ਨਹੀਂ ਪਤਾ ਕਿਸੇ ਨੂੰ, ਪਤਾ ਨਹੀਂ ਕਿੱਥੇ ਚੱਲ ਗਈ ਵਿੱਚੋਂ। ਤੂੰ ਵੀ ਦੱਸ ਤੇਰੇ ਕੋਲ ਕੁਛ ਹੈਗਾ ਤਾਂ ਦੱਸ, ਨਹੀਂ ਤਾਂ ਉਹਦੇ ਕੋਲ ਮਾਫ਼ੀ ਮੰਗ। ਕਾਹਦੀ ਮਾਫ਼ੀ ਮੰਗੇਗੀ ਦਵਿੰਦਰ? ਆਹ ਝੂਠਾ ਇਲਜ਼ਾਮ ਮੇਰੇ ਤੇ ਲਾਉਣ ਡਈ ਦਵਿੰਦਰ। ਨਹੀਂ ਨਹੀਂ ਕਵਲ, ਮੈਂ ਝੂਠਾ ਇਲਜ਼ਾਮ ਨਹੀਂ ਲਾਉਣ ਡਈ, ਇਹਨਾਂ ਫਿਰ ਉਹੀ ਕੰਮ ਕੀਤਾ ਜਿਹੜਾ ਪਹਿਲਾਂ ਕੀਤਾ ਸੀ, ਦੁੱਧ 'ਚ ਗੋਲੀ ਪਾਈ ਇਹਨਾਂ ਨੇ। ਤੇ ਫਿਰ ਉਹ ਵਾਲੀ ਵੀਡੀਓ ਵਿਖਾ ਲਓ ਨਾ ਮੰਮੀ ਨੂੰ। ਫੋਨ 'ਚ ਵੀਡੀਓ ਹੈਗੀ ਸੀ, ਪਤਾ ਨਹੀਂ ਕਿਹਨੇ ਡਿਲੀਟ ਕਰ ਦਿੱਤੀ ਵਿੱਚੋਂ, ਵੀਡੀਓ ਹੈ ਹੀ ਨਹੀਂ ਆ। ਦੇ ਪੁੱਤ, ਇਹ ਝੂਠ ਬੋਲਣ ਡਈ ਆ, ਕੋਈ ਇਹਦੇ ਕੋਲ ਵੀਡੀਓ ਨਹੀਂ ਹੈਗੀ, ਇਹਦਾ ਹੁਣ ਫਰਜ਼ ਬਣਦਾ ਉਹਦੇ ਕੋਲ ਮਾਫ਼ੀ ਮੰਗਣ ਦਾ। ਮੰਮੀ ਫਰਜ਼ ਤੇ ਬਣਦਾ, ਜਿੱਦਾਂ ਉਹਦੇ ਕੋਲ ਵੀਡੀਓ ਨਹੀਂ ਹੈਗੀ, ਮਾਫ਼ੀ ਤੇ ਇਹਨੂੰ ਮੰਗਣੀ ਚਾਹੀਦੀ ਆ। ਪਰ ਇੱਥੇ ਨਾ ਭਾਬੀ, ਇੱਥੇ ਤੂੰ ਗਲਤ ਗੇਮ ਖੇਡ ਗਈ ਆ, ਤੈਨੂੰ ਸ਼ਾਇਦ ਇਹ ਚੇਤਾ ਭੁੱਲ ਗਿਆ ਕਿ ਇੱਥੇ ਇੱਕ ਖੜੱਪਾ ਸੱਪ ਵੀ ਹੈਗਾ। ਮੰਮੀ ਵੀਡੀਓ ਇਹਨੇ ਡਿਲੀਟ ਕੀਤੀ ਦਵਿੰਦਰ ਦੇ ਫੋਨ 'ਚੋਂ। ਜੇ ਤੂੰ ਖੜੱਪਾ ਵਾ ਨਾ ਤੇ ਫਨ ਪੈਰ ਥੱਲੇ ਦੇ ਕੇ ਨੱਪਣਾ, ਮੈਂ ਵੀ ਜਾਣੀ ਆ। ਕਹਿ ਆਪਣੀ ਰਨ ਨੂੰ ਜੇ ਕੁਛ ਹੈਗਾ ਤੇ ਵਿਖਾ ਲੈ, ਤੇ ਨਹੀਂ ਤੇ ਮੰਗ ਮਾਫ਼ੀ ਇੱਥੇ ਸਾਰਿਆਂ ਦੇ ਵਿੱਚ। ਲੈ ਭਾਬੀ, ਫਿਰ ਲੱਗਦਾ ਹੁਕਮ ਦਾ ਯੱਕਾ ਕੱਢਣਾ ਹੀ ਪੈਣਾ। ਲਓ ਮੰਮੀ ਜੀ ਵੇਖੋ, ਆਹੀ ਵੀਡੀਓ ਜਿਹੜੀ ਇਹਨੇ ਇਹਦੇ ਫੋਨ ਦੇ ਵਿੱਚੋਂ ਡਿਲੀਟ ਕਰ ਦਿੱਤੀ ਸੀ। ਕਿਹੜੀ ਵੀਡੀਓ? ਮੈਂ ਕੋਈ ਵੀਡੀਓ ਨਹੀਂ ਡਿਲੀਟ ਕੀਤੀ। ਚੱਲ ਨਾ ਕੀਤੀ ਹੋਊਗੀ, ਪਰ ਆਹ ਤੇ ਇਹੋ ਵੀਡੀਓ ਸੀ ਨਾ ਸਬੂਤ ਵਾਲੀ। ਭਾਬੀ ਧਰਤੀ ਵੇਲ ਨਹੀਂ ਦੇਣ ਡਈ? ਮੰਮੀ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੱਥੋਂ ਬਣਾਈ ਤੇ ਕਿੱਦਾਂ ਬਣਾਈ ਆ, ਪਰ ਇਹਦੇ ਵਿੱਚ ਮੈਂ ਨਹੀਂ ਹੈਗੀ। ਮੰਮੀ ਆ ਭਾਬੀ ਵਰਗੀ ਨੇ ਨਹੀਂ, ਕਿਉਂ ਝੂਠ ਮਾਰੀ ਜਾਂਦੀ ਆ? ਆ ਦਵਿੰਦਰ ਲਾ ਕੇ ਤੁਹੀਆਂ ਦੁੱਧ ਦਾ ਗਲਾਸ ਲੈ ਕੇ ਬੈਠੀ ਆ। ਮੰਮੀ ਮੈਂ ਬੈਠੀ ਤੇ ਇਹਦਾ ਮਤਲਬ ਗੋਲੀ ਮੈਂ ਪਾਈ ਆ। ਭਾਬੀ ਆ ਵੀਡੀਓ ਦੇ ਵਿੱਚ ਸਾਰਾ ਕੁਝ ਸਾਹਮਣੇ ਦੇਖਣ ਡਿਆ, ਉਹ ਹੁਣ ਤੇ ਝੂਠ ਬੋਲਣੋਂ ਹਟ ਜਾ, ਹੁਣ ਤੇ ਹਟ ਜਾ ਝੂਠ ਬੋਲਣੋਂ। ਨਹੀਂ ਪਾਪੜੇ, ਮੈਨੂੰ ਨਹੀਂ ਪਤਾ ਤੂੰ ਇੱਡੀਆਂ ਗਿਰੀਆਂ ਹੋਈਆਂ ਹਰਕਤਾਂ ਕਰੇਗੀ। ਨਹੀਂ ਬਸ ਗੱਲ ਨਹੀਂ ਬੁੱਢ ਰਹੀ ਹੈ, ਤੂੰ ਵੀ ਕਹਿ ਘੱਟ ਵਾ, ਜੇ ਮੈਂ ਕੁਛ ਕਹਿ ਦਿੱਤਾ ਤੇ ਮੇਰੇ ਪਿੱਛੇ ਲੱਗ ਗਈ, ਜੇ ਹੁਣ ਇੰਨੇ ਮਾੜੀ ਜਿਹੀ ਵੀਡੀਓ ਵੀ ਵਿਖਾਲਤੀ ਤੇ ਇਹਦੇ ਪਿੱਛੇ ਲੱਗ ਗਈ, ਇੰਨੇ ਛੇਤੀ ਤੋਂ ਮੰਮੀ ਗਿਰਗਿਟ ਵੀ ਨਹੀਂ ਰੰਗ ਬਦਲਦਾ, ਜਿੰਨੇ ਛੇਤੀ ਤੁਸੀਂ ਬਦਲ ਦਿਓ। ਸੰਦੀਪ ਨੂੰ ਘਰੋਂ ਕੱਢਣ ਦੀ ਅੱਤ ਵੀ ਤੇ ਤੁਸੀਂ ਚੁੱਕੀ ਸੀ, ਆਪ ਹੁਣ ਤੁਸੀਂ ਸਾਰਾ ਟੱਬਰ ਇੱਕ ਪਾਸੇ ਹੋ ਗਏ ਤੇ ਮਾੜੀ ਮੈਨੂੰ ਬਣਾ ਤਾ, ਤੇ ਉਹ ਸਕੀਮ ਮੇਰੇ ਦਿਮਾਗ 'ਚ ਵਾੜੀ ਕਿਹਨੇ ਸੀ? ਉਹ ਤੂੰ। ਪਰ ਮੰਮੀ ਇਸ ਕਸੂਰ ਦੇ ਵਿੱਚ ਤੁਸੀਂ ਵੀ ਬਰਾਬਰ ਦੇ ਹਿੱਸੇਦਾਰ ਜੇ। ਚਲੋ ਸਕੀਮ ਤੇ ਉਹਨੇ ਦੇ ਦਿੱਤੀ, ਪਰ ਉਹ ਗੱਲ ਨੂੰ ਮੰਨਣਾ ਜਾਂ ਨਾ ਮੰਨਣਾ ਉਹ ਤੇ ਆਪਣੇ ਉੱਤੇ ਹੁੰਦਾ ਨਾ।
ਤਾਂ ਤੁਸੀਂ ਉਹਦੀ ਹਰ ਗੱਲ ਮੰਨੀ ਜਿਹੜਾ ਜਿਹੜੀ ਉਹਨੇ ਗੱਲ ਕਹੀ ਤੁਹਾਨੂੰ ਕਰਨ ਵਾਸਤੇ। ਤੁਸੀਂ ਇਹ ਮਾਸਾ ਨਾ ਸੋਚਿਆ ਵੀ ਉਹਨੇ ਕਿੱਡਾ ਵੱਡਾ ਤਿਆਗ ਕੀਤਾ। ਬਾਕੀ ਨਾ ਆਪਣੇ ਦਿਮਾਗ ਵਿੱਚੋਂ ਇਹ ਗੱਲ ਕੱਢ ਦਿਓ ਕਿ ਅਸੀਂ ਬੜੀਆਂ ਚਲਾਕ ਵਾਂ। ਆ ਜਿਹੜਾ ਕੇਸ ਕਰਨ ਵਾਲੀ ਧਮਕੀ ਸੀ ਨਾ, ਜਿਹੜੀ ਸਕੀਮ ਸੀ, ਇਹ ਵੀ ਸਾਡੀ ਬਣਾਈ ਸੀ ਦੋਵਾਂ ਜਾਣਿਆਂ ਦੀ, ਅਤੇ ਇਹਦੇ ਦਿਮਾਗ ਵਿੱਚ ਅਸੀਂ ਵੜੀ ਸੀ। ਤੁਹਾਨੂੰ ਲੱਗਦਾ ਸੀ ਕਿ ਖਰੇ ਆ ਇਹ ਆਪਣੇ ਕੋਲੋਂ ਕੋਈ ਗੱਲਾਂ ਕਰਨ ਡਈ ਆ, ਨਹੀਂ, ਆ ਪਿਛਲੇ ਇੱਕ ਡੇਢ ਮਹੀਨੇ ਦੇ ਵਿੱਚ ਘਰ ਵਿੱਚ ਜੋ ਕੁਝ ਹੋਣ ਡਿਆ ਨਾ, ਉਹ ਸਾਰਾ ਕੁਝ ਅਸੀਂ ਕਰਨ ਡਏ ਹਾਂ, ਸਿਰਫ ਤਾਂ ਸਿਰਫ ਭਾਬੀ ਦਾ ਸੱਚ ਸਾਹਮਣੇ ਲਿਆਉਣ ਲਈ। ਪਰ ਮੰਮੀ, ਮੈਨੂੰ ਤੁਹਾਡੇ ਉੱਤੇ ਵੀ ਓਨਾ ਹੀ ਗੁੱਸਾ ਵਾ ਜਿੰਨਾ ਭਾਬੀ ਦੇ ਉੱਤੇ ਆ, ਸਗੋਂ ਮੈਨੂੰ ਜ਼ਿਆਦਾ ਵਾ ਤੁਹਾਡੇ ਉੱਤੇ। ਆਖਰ ਭਾਬੀ ਦੇ ਸਾਡੀ ਕੱਲ੍ਹ ਨੂੰ ਹੋਣ ਵਾਲੀ ਸ਼ਰੀਕਣੀ ਆ, ਇਹਨੇ ਤਾਂ ਉਹ ਸਾਡੇ ਨਾਲ ਕੰਮ ਕਰਨਾ ਹੀ ਕਰਨਾ ਸੀ। ਪਰ ਮੰਮੀ, ਮੈਨੂੰ ਤੁਹਾਡੇ ਤੋਂ ਇਹ ਆਸ ਨਹੀਂ ਕਿ ਤੁਸੀਂ ਮੇਰੇ ਨਾਲ ਇੱਦਾਂ ਕਰੋਗੇ। ਤੁਹਾਨੂੰ ਤਾਂ ਲੱਗਿਆ ਸੀ ਕਿ ਮੈਂ ਕਹਿੰਦਾ ਸੰਦੀਪ ਦੇ ਨਾਲ ਇੱਦਾਂ ਕਰਨ ਡਈ ਹਾਂ, ਪਰ ਨਹੀਂ, ਉਹ ਸਿਰਫ ਸੰਦੀਪ ਨਾਲ ਨਹੀਂ, ਸੰਦੀਪ ਦੇ ਨਾਲ ਹੁਣ ਮੈਂ ਵੀ ਜੁੜਿਆ ਵਾਂ, ਅਤੇ ਮੇਰੇ ਨਾਲ ਹੀ ਦਵਿੰਦਰ ਜੁੜੀ ਆ। ਮੰਮੀ, ਬੇਸ਼ੱਕ ਤੁਸੀਂ ਘਰ ਦੇ ਵਿੱਚ ਵੱਡੇ ਜੇ, ਪਰ ਤੁਹਾਨੂੰ ਹੁਣ ਇਹ ਗੱਲ ਮੰਨਣੀ ਚਾਹੀਦੀ ਆ ਕਿ ਮੈਂ ਗਲਤੀਆਂ ਕੀਤੀਆਂ ਨੇ। ਚੱਲ ਠੀਕ ਹੈ ਸੰਦੀਪ, ਜੇ ਮੇਰੇ ਕੋਲ ਗਲਤ ਹੋ ਗਿਆ ਤਾਂ ਮੈਨੂੰ ਮਾਫ਼ ਕਰ ਦੇ, ਪਤਾ ਨਹੀਂ ਕਿਹੜਾ ਭੂਤ ਸਵਾਰ ਸੀ ਮੇਰੇ 'ਤੇ। ਕੋਈ ਗੱਲ ਨਹੀਂ ਮੰਮੀ ਜੀ, ਤੁਸੀਂ ਮਾਫ਼ੀ ਨਾ ਮੰਗੋ, ਬਸ ਤੁਹਾਨੂੰ ਇਹ ਪਤਾ ਲੱਗ ਗਿਆ ਨਾ ਸੱਚਾਈ ਦਾ, ਮੇਰੇ ਲਈ ਇੰਨਾ ਹੀ ਬਹੁਤ ਆ। ਹਾਂ ਤੁਹਾਡਾ ਠੀਕ ਆ, ਮਾਫ਼ੀਆਂ ਮੰਗ ਲਈਆਂ, ਜੱਫੀਆਂ ਪਾ ਲਈਆਂ, ਤੁਹਾਡਾ ਤਾਂ ਸੂਤਰ ਹੋ ਗਿਆ, ਅਤੇ ਮੈਂ ਬੁਰੀ ਬਣਾ ਤਾ ਮੈਨੂੰ। ਨਹੀਂ, ਮੈਂ ਤਾਂ ਗਲਤੀ ਕੀਤੀ ਅਤੇ ਮੈਂ ਮਾਫ਼ੀ ਮੰਗ ਲਈ, ਅਤੇ ਤੂੰ ਪਾਪ ਕੀਤਾ, ਪਾਪ ਦੀ ਤਾਂ ਸਜ਼ਾ ਹੁੰਦੀ ਆ। ਅਤੇ ਭਾਬੀ, ਉਹ ਵੀ ਏਡਾ ਵੱਡਾ ਪਾਪ ਕਿ ਜਿਹੜਾ ਜੀ ਅਜੇ ਦੁਨੀਆ 'ਤੇ ਆਇਆ ਹੀ ਨਹੀਂ, ਉਹਨੂੰ ਮਾਰਨ ਦੀਆਂ ਸਕੀਮਾਂ ਘੜਨ ਵੀ ਲੱਗ ਪਈ। ਵਾਹ ਭਾਬੀ, ਆਹ ਉਮੀਦ ਨਹੀਂ ਤੇਰੇ ਤੋਂ। ਚੁੱਪ ਕੀਤਾ ਰਿਹਾ, ਜਾਣਨੀ ਹਾਂ ਮੈਂ ਤੈਨੂੰ ਵੀ, ਅਤੇ ਆਹ ਬੁੱਢੀ ਲੋਕਾਂ ਦੀਆਂ ਸੱਸਾਂ ਮਾਵਾਂ ਪਰਿਵਾਰ ਨੂੰ ਜੋੜ ਕੇ ਰੱਖਦੀਆਂ ਵਾਂ, ਸਾਰੀਆਂ ਨਵਾਂ ਨੂੰ ਇੱਕ ਬਰਾਬਰ ਸਮਝਦੀਆਂ, ਤੁਹਾਡੇ ਢਿੱਡ ਵਿੱਚ ਤਾਂ ਇੰਨੀ ਖੋਟ ਵਾ, ਇਹਨਾਂ ਦੋਵਾਂ ਨੂੰ ਨਾਲ ਲਾ ਲਿਆ, ਮੇਰੇ ਕੋਲ ਮਾੜੀ ਜਿਹੀ ਗਲਤੀ ਕੀ ਹੋ ਗਈ ਮੈਨੂੰ ਪਰੇ ਕਰ ਦਿੱਤਾ, ਬੜੀ ਵੱਡੀ ਸਿਆਣਪ ਆ ਤੁਹਾਡੀ, ਸਾਰੇ ਟੱਬਰ ਨੇ ਏਕਾ ਕਰ ਲਿਆ, ਜਿੱਤਾ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਪਾਪ ਕਰਤਾ ਹੁੰਦਾ ਵਾ। ਨਹੀਂ, ਏਡੇ ਵੱਡੇ ਪਾਪ ਹੋਰ ਕਿੱਡਾ ਕਰਨਾ ਤੂੰ, ਇਹ ਤਾਂ ਵੱਡਾ ਪਾਪ ਕਿਹੜਾ ਸੀ, ਤਾਂ ਤੁਸੀਂ ਵੀ ਪਾਪ 'ਚ ਬਰਾਬਰ ਦੇ ਹਿੱਸੇਦਾਰ ਹੋ, ਤੁਸੀਂ ਵੀ ਗਲਤੀਆਂ ਘੱਟ ਨਹੀਂ ਕੀਤੀਆਂ। ਐਡੀ ਕਲੈਣੀ ਆ, ਅਜੇ ਤੱਕ ਨਹੀਂ ਆਪਣੀ ਗਲਤੀ ਮੰਨਦੀ। ਮੈਂ ਕਹਿੰਦੀ ਹਾਂ ਨਾ ਤੇਰੇ ਖਸਮ ਨੂੰ ਦੱਸਾਂਗੀ, ਪਰ ਮੈਨੂੰ ਦੱਸਣਾ ਹੀ ਪੈਣਾ ਆ, ਕਰਦੀ ਹਾਂ ਮੈਂ ਉਹਨੂੰ ਫੋਨ, ਉਹ ਕਰੂੰਗਾ ਤੇਰਾ ਇਲਾਜ, ਕਰ ਕਵਰ ਫੋਨ ਉਹਨੂੰ ਲਾ ਕੇ ਦੇ ਮੈਨੂੰ ਫੜਾ, ਮੈਂ ਉਹਨੂੰ ਦੱਸਾਂ ਸਾਰੀਆਂ ਕਰਤੂਤਾਂ ਇਹਦੀਆਂ। ਹਾਏ ਹਾਏ, ਨਹੀਂ ਆ ਬੰਦਾ ਤਾਂ ਜਦੋਂ ਵੇਖ ਲਓ ਨਾ ਬੈੱਡ ਨਾਲ ਹੀ ਜੁੜਿਆ ਰਹੂ ਤੇ ਫੋਨ 'ਚ ਹੀ ਵੜਿਆ ਰਹੂ, ਕਿਤੇ ਮੇਰੀ ਵੀ ਸੁਣ ਲਿਆ ਕਰੋ ਮੈਂ ਕੀ ਕਹਿੰਦੀ ਰਹਿੰਦੀ ਆ। ਹਾਂ ਦੱਸ ਕੀ ਕੰਮ, ਕਾਹਤੋਂ ਲਹੂ ਪੀਤੇ ਮੇਰਾ? ਨਾ ਜਦੋਂ ਤੁਹਾਡੇ ਨਾਲ ਵਿਆਹੀ ਆ ਤੇ ਤੁਹਾਡਾ ਹੀ ਲਹੂ ਪੀਣਾ, ਹੋਰ ਮੈਂ ਗਵਾਂਢੀਆਂ ਨਾਲ ਜਾ ਕੇ ਪੀਵਾਂ? ਉਹ ਜਿਹੜੇ ਹਿਸਾਬ ਨਾਲ ਤੂੰ ਲਹੂ ਪੀਣੀ ਆ ਨਾ, ਮੇਰਾ ਹੀ ਮੁੱਕ ਜਾਣਾ ਵਾ, ਤੇ ਮੁੱਕਣ ਤੋਂ ਪਹਿਲਾਂ ਪਹਿਲਾਂ ਦੱਸ ਦੇ ਕਿਹੜੇ ਕੰਮ ਆਈ ਆ। ਤੇ ਆਪਣਾ ਲਹੂ ਮੁੱਕਣ ਤੋਂ ਪਹਿਲਾਂ ਪਹਿਲਾਂ ਨਾ ਮੇਰਾ ਕੰਮ ਸਿਰੇ ਚਾੜ ਦੋ, ਕਿਉਂ ਮੇਰੀ ਪੜ੍ਹਾਈ ਖੂਹ ਖਾਤੇ ਪਾਉਣ ਲੱਗੇ ਹੋ, ਤੇ ਵਾਰ ਵਾਰ ਆਈਲੈਟਸ ਘੜੀ ਨੇ ਸੌਖਾ ਕੰਮ ਨਹੀਂ ਹੈਗਾ, ਮੇਰੇ ਸਾਹਮਣੇ ਫੋਨ ਲਾਓ ਏਜੰਟ ਨੂੰ ਤੇ ਪੁੱਛੋ ਵੀ ਕਿੱਥੇ ਕੰਮ ਅੜਿਆ ਵਾ। ਉਹ ਚੰਗਾ ਬਾਬਾ, ਤੇਰੇ ਸਾਹਮਣੇ ਫੋਨ ਲਾ ਦਿੰਦਾ।
ਵਰਗੋ ਮੂੰਹ ਵਿੰਗਾ ਜਿਹਾ ਬਣਾ ਲਿਆ ਜੇ, ਨਾਲੇ ਕੀ ਆਖਿਆ ਏਜੰਟ ਨੇ? ਉਹ ਕਹਿਣਾ ਕੀ ਆ, ਜੱਬ ਪੈ ਗਿਆ ਈ। ਹਾਏ, ਹੁਣ ਕਿਹੜਾ ਜੱਬ ਪੈ ਗਿਆ ਏ? ਉਹ ਕਹਿੰਦਾ ਹਜੇ ਆਜਟ ਦਾ ਟਾਈਮ ਲੰਘ ਗਿਆ, ਦੂਰੇ ਕਰਨੀ ਪੈਣੀ ਇਹਨੂੰ। ਹਾਏ ਰੱਬਾ, ਮੈਂ ਕਹਿੰਦੀ ਹਾਂ ਇਹ ਬੰਦੇ ਨੂੰ ਕਰ ਲਾਗੇ ਬੰਨੇ ਪਤਾ, ਪਰ ਇਹਦੇ ਕੰਨ ਤੇ ਕਿਤੇ ਜੂ ਨਹੀਂ ਸਰਕੀ। ਹੁਣ ਦੋਹਰੇ ਆਈਲੈਟਸ ਕਰਨੀ ਪੈਣੀ ਆ, ਨਾ ਦੋਹਰੇ ਆਈਲੈਟਸ ਕਰਨੀ ਕਿਤੇ ਸੌਖੀ ਪਈ ਆ। ਉਹ ਜਿੱਥੇ ਇੱਕ ਵਾਰੀ ਕਰ ਲਈ ਆ ਉੱਥੇ ਦੋਹਰੀ ਵਾਲੀ ਕਰਨਾ ਤੈਨੂੰ ਮੌਤ ਪੈਂਦੀ ਆ। ਜਿੱਥੇ ਮੈਂ 15 ਲੱਖ ਲਾਉਣਾ, ਮੈਂ 40-50 ਹਜ਼ਾਰ ਹੋਰ ਲਾ ਦੂੰਗਾ, ਜਾਂ ਭਰ ਪੇਪਰ ਦੋਹਰੇ ਕਰ ਦੂੰ। ਹਾਏ, ਹੁਣ ਮੈਂ ਇਹ ਬੰਦੇ ਨੂੰ ਕੀ ਦੱਸਾਂ ਕਿ ਮੈਂ ਪੈਸੇ ਦੇ ਕੇ ਬੈਂਡ ਲਏ ਸੀ, ਹੁਣ ਤਾਂ ਸਖਤੀ ਵੀ ਬੜੀ ਹੋ ਗਈ ਆ, ਹੁਣ ਤਾਂ ਬੈਂਡ ਵੀ ਨਹੀਂ ਮਿਲਣੇ। ਇੱਦਾਂ ਸਾਰਾ ਕਸੂਰ ਤੁਹਾਡਾ ਤੇ ਉਹ ਡੈਣ ਦਾ ਵਾ, ਜਿਹੜੀ ਆਣ ਕੇ ਨਾ ਇੱਥੇ ਬਹਿ ਗਈ ਸੀ ਤੇ ਹੁਣ ਆਪ ਆਪਣੇ ਘਰ ਵਸ ਗਈ ਆ ਤੇ ਮੇਰੀ ਜ਼ਿੰਦਗੀ ਤੇ ਖਰਾਬ ਕਰ ਗਈ ਹੈ ਨਾ। ਅੱਛਾ, ਤੂੰ ਮੇਰੀ ਭੈਣ ਨੂੰ ਡੈਣ ਕਹਿੰਦੀ ਆ? ਕੋਈ ਆਇਆ ਨਹੀਂ, ਕੋਈ ਇਹ ਘਰ ਚੋਂ ਬਾਹਰ ਜਾਊਗਾ, ਕੋਈ ਕਿਨੇਡਾ ਨਹੀਂ। ਆਈ ਸਮਝ, ਮੈਂ ਲਿਆਊਂਗਾ 4 ਮੱਝਾਂ, ਤੂੰ ਸੁੱਟਿਆ ਕਰੀ ਗੋਹਾ, ਮੈਂ ਲਿਆਊਂਗਾ ਪੱਠੇ, ਤੂੰ ਕੱਢਿਆ ਕਰੇਗੀ ਧਾਰਾਂ, ਮੈਂ ਜਾਇਆ ਕਰੂੰਗਾ ਡੇਰੀ। ਕਿਸੇ ਨੇ ਬਾਹਰ ਨਹੀਂ ਜਾਣਾ ਚੰਗਾ, ਫਿਰ ਤੇਰੀ ਅਗਲ ਆਊਗੀ ਟਿਕਾਣੇ, ਤੂੰ ਲਊ ਕੀਤਾ ਜਿਹੜਾ। ਨਹੀਂ ਬਾਊ, ਇੱਦਾਂ ਨਹੀਂ, ਕੋਈ ਬਾਊ ਬਾਊ ਨਹੀਂ, ਬਸ ਤੇਰਾ ਉਹ ਇਲਾਜ ਵਾ, ਹੁਣ ਪਖੰਡ ਫੜਿਆ ਕਿੱਡਾ। ਹਾਏ ਜਤਿੰਦਰ ਕੌਰੇ, ਇਹ ਤਾਂ ਦਾ ਹੀ ਪੁੱਠਾ ਪੈ ਗਿਆ ਜੀ, ਕਿੱਥੇ ਕੈਨੇਡਾ ਦੇ ਸੁਪਨੇ ਵਹਿੰਦੀ ਹਾਂ, ਕਿੱਥੇ ਹੁਣ ਗੋਹਾ ਸੁੱਟਣਾ ਪੈਣਾ। ਹਾਏ, ਇਹ ਤਾਂ ਬੰਦਾ ਪਹਿਲਾਂ ਹੀ ਜਾਣ 'ਚ ਰਾਜੀ ਨਹੀਂ, ਹੁਣ ਤਾਂ ਤੂੰ ਫਿਰ ਸੱਪ ਦੀ ਪੂਛ 'ਤੇ ਪੈਰ ਰੱਖਤਾ। ਚੱਲ ਜਤਿੰਦਰ ਕੌਰੇ, ਹੁਣ ਤਾਂ ਉਂਝ ਵੀ ਤੇ ਕੁਆਇਲਟਸ ਕਿਹੜੀ ਹੋਣੀ ਸੀ, ਕਰ ਤਿਆਰੀ ਫਿਰ ਟੋਕਰੀ ਚੁੱਕਣ ਦੀ, ਹੋਰ ਕੀ ਕਰਨਾ। ਕਵਲ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ, ਵੀਡੀਓ ਤਾਂ ਪ੍ਰੀਤ ਦੀਦੀ ਨੇ ਡਿਲੀਟ ਕਰ ਦਿੱਤੀ ਸੀ, ਤੇ ਤੁਹਾਡੇ ਕੋਲ ਕਿੱਥੋਂ ਆ ਗਈ? ਇਹੋ ਹੀ ਤਾਂ ਫਿਰ ਗੱਲ ਆ, ਮੈਨੂੰ ਪਤਾ ਸੀ ਕਿ ਪ੍ਰੀਤ ਭਾਬੀ ਇਹੋ ਜਿਹੀ ਕੋਈ ਨਾ ਕੋਈ ਹਰਕਤ ਜ਼ਰੂਰ ਕਰੂਗੀ, ਕਿਉਂਕਿ ਉਹਨੂੰ ਪਤਾ ਸੀ ਕਿ ਸਾਡੇ ਕੋਲ ਉਹਦੇ ਖਿਲਾਫ਼ ਸਬੂਤ ਆ ਅਤੇ ਉਹ ਵੀਡੀਓ ਨੂੰ ਡਿਲੀਟ ਜ਼ਰੂਰ ਕਰਨ ਦੀ ਕੋਸ਼ਿਸ਼ ਕਰੂਗੀ, ਅਤੇ ਉਹਨੇ ਕੀਤਾ ਵੀ ਇੱਦਾਂ। ਅਤੇ ਉਹ ਵੀਡੀਓ ਮੈਂ ਅੱਜ ਤੋਂ 4-5 ਦਿਨ ਪਹਿਲਾਂ ਹੀ ਆਪਣੇ ਫੋਨ ਦੇ ਵਿੱਚ ਕਰ ਲਈ ਸੀ, ਅਤੇ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ, ਨਾ ਤੈਨੂੰ ਅਤੇ ਨਾ ਦਵਿੰਦਰ ਨੂੰ। ਚੰਗੇ ਵੇਲੇ ਤੁਸੀਂ ਆਪਣੇ ਫੋਨ 'ਚ ਕਰ ਲਈ, ਮੰਨ ਗਏ ਤੁਹਾਨੂੰ ਉੱਦਾਂ ਹੀ, ਤੁਹਾਡੇ ਕਰਕੇ ਉਹਦਾ ਸੱਚ ਸਾਹਮਣੇ ਆਇਆ, ਨਹੀਂ ਤਾਂ ਉਹਨੇ ਫਿਰ ਪਹਿਲਾਂ ਵਾਲੇ ਲੱਛਣਾਂ 'ਤੇ ਹੀ ਆ ਜਾਣਾ ਹੈ। ਉਹ ਕਦੇ ਸੱਚ ਵੀ ਦੱਬਿਆ ਰਹਿੰਦਾ ਵਾ, ਇਹ ਲੁੱਕ ਕੇ ਨਹੀਂ ਰਹਿੰਦਾ, ਆਖਰ ਸਾਹਮਣੇ ਆ ਹੀ ਜਾਂਦਾ। ਉਹ ਕਹਿੰਦੇ ਹੁੰਦੇ ਆ ਨਾ, 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ। ਅੱਛਾ, ਅਤੇ ਆਹ ਕੁਛ ਹੋਇਆ ਮੇਰੇ ਮਗਰੋਂ? ਤੁਸੀਂ ਤਾਂ ਮੈਨੂੰ ਦੱਸਿਆ ਤੱਕ ਨਹੀਂ ਕਿ ਇਸ ਹੱਦ ਤੱਕ ਜਾ ਸਕਦੀ ਆ। ਓਏ ਜਨਾਨੀਏ, ਮੈਨੂੰ ਤਾਂ ਤੇਰੇ 'ਤੇ ਮਾਸਾ ਉਮੀਦ ਨਹੀਂ ਸੀ ਕਿ ਤੂੰ ਇਹ ਹੱਦ ਤੱਕ ਜਾ ਸਕਦੀ ਆ। ਹੁਣ ਮੰਮੀ ਤੂੰ ਦੱਸ, ਹੁਣ ਇਹਦਾ ਕਰਨਾ ਕੀ ਆ? ਵੇ ਤੇਰੀ ਜਨਾਨੀ ਆ, ਤੂੰ ਦੱਸ ਤੇ ਕੀ ਕਰਨਾ ਚਾਹੀਦਾ ਇਹਦਾ? ਮਾਤਾ, ਇਹਦਾ ਹੋ ਗਿਆ ਦਿਮਾਗ ਖਰਾਬ ਵਿਹਲੀ ਰਹਿ ਰਹਿ ਕੇ। ਹੁਣ ਮੈਂ ਉੱਥੇ ਜਾਂਦਾ ਕੰਮ 'ਤੇ ਫੈਕਟਰੀ 'ਚ, ਅਤੇ ਅੱਧੀ ਰਾਤ ਨਾਲ ਆ ਕੇ ਬਣਾਉਣਾ ਰੋਟੀ, ਇਹਨੂੰ ਮੈਂ ਖੜਦਾ ਵਾਂ ਨਾਲ, ਨਾਲੇ ਬਣਾਊਂਗੀ ਉੱਥੇ ਰੋਟੀ, ਗਰਮੀ 'ਚ ਪਤਾ ਲੱਗੂ ਕਿੱਦਾਂ ਚੁੱਲ੍ਹਾ ਬਾਲ ਕੇ ਤਾਂ ਬਣਾਉਣੀ ਆ, ਅਤੇ ਨਾਲੇ ਮੇਰੇ ਨਾਲ ਜਾਊਗੀ ਕੰਮ 'ਤੇ। ਜਦੋਂ ਬਾਹਰ ਦਾ ਅਤੇ ਘਰ ਦਾ ਕੰਮ ਕਰਨਾ ਪਿਆ ਨਾ, ਫਿਰ ਆਊਗੀ ਅਗਲ ਟਿਕਾਣੇ। ਹਾਂ ਪੁੱਤ, ਇਹ ਵੀ ਸਹੀ ਆ, ਵਿਹਲਾ ਮਨ ਤਾਂ ਸ਼ੈਤਾਨ ਦਾ ਘਰ ਹੁੰਦਾ ਵਾ। ਚੱਲ ਬਈ, ਕਰ ਆਪਣਾ ਬੋਰੀ ਬਿਸਤਰਾ ਪੈਕ,
ਤੇ ਕੱਲ ਸਵੇਰੇ ਚੱਲ ਜਾਣਾ ਆਪਾਂ। ਭੈਣੇ ਤੂੰ ਹੀ ਆਖੇ ਲੱਗ ਜਾ ਮੇਰੇ, ਅੱਗੇ ਘਰ ਵਾਲਾ ਤੇ ਮੰਨਦਾ ਨਹੀਂ ਓ। ਇੰਨੀਆਂ ਸਫਾਈਆਂ ਕੀਤੀਆਂ ਮੈਂ, ਹੁਣ ਖੁਰਲੀ ਵੀ ਸਾਫ ਕਰਾਏਗੀ। ਉਤਰਿਆ ਥੱਲੇ, ਲੱਗ ਜਾ ਆਖੇ, ਉਤਰਿਆ 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 ਨੀ, ਆ ਜਾ। ਦੀਦੀ ਦੀਦੀ, ਇੱਧਰ ਤੇ ਕੁੰਡਾ ਵੱਜਿਆ ਵਾ, ਉਧਰ ਹੀ ਹੋਣੇ ਆ। ਹਾਏ, ਹੁਣ ਆਹ ਕਿੱਧਰੋਂ ਆ ਗਈ ਆ, ਇਹ ਹੁਣ ਆ ਗਈ ਨਾ, ਇਹਨੇ 2 ਘੰਟੇ ਨੇ ਨਿਕਲਣਾ ਤੇ ਮੇਰਾ ਕੰਮ ਨਹੀਂ ਨਿਬੜਨਾ। ਬਾਬਾ, ਇਹ ਉਧਰੋਂ ਉਧਰੋਂ ਹੀ ਮੁੜ ਜੇ, ਇੱਧਰ ਨਾ ਹੀ ਆਵੇ ਤੇ ਚੰਗਾ ਏ। ਲੈ, ਗੱਲਾਂ ਦੀ ਗੱਲ ਰਹੀ, ਇੱਧਰ ਆ ਹੀ ਗਈ ਏ। ਹਾ ਹਾਏ ਦੀਦੀ, ਇੰਨਾ ਸੋਹਣਾ ਸੂਟ ਪਾ ਕੇ ਤੇ ਤੁਸੀਂ ਗੋਹੇ ਦੇ ਵਿੱਚ ਕਿਉਂ ਕੰਮ ਕਰਨ ਦੇ ਜੇ? ਨਹੀਂ ਹੋਰ ਕੀ ਕਰਾਂ ਭੈਣੇ, ਗੋਹੇ ਦੇ ਵਿੱਚ ਹੀ ਪਾਉਣੇ ਪੈਣੇ ਆ। ਮੈਂ ਤਾਂ ਸਵਾਏ ਸੀ ਵੀ ਕੈਨੇਡਾ ਜਾਵਾਂਗੀ ਤੇ ਉੱਥੇ ਸੋਹਣੇ ਸੋਹਣੇ ਸੂਟ ਪਾਵਾਂਗੀ, ਹੁਣ ਉੱਥੋਂ ਜਾਣਾ ਕੈਂਸਲ ਹੋ ਗਿਆ ਤੇ ਹੁਣ ਇੱਥੇ ਗੋਹੇ 'ਚ ਹੀ ਪਾਉਣੇ ਪੈਣੇ ਆ। ਹਾਏ ਦੀਦੀ, ਕਿੰਨਾ ਸੋਹਣਾ ਸੂਟ ਆ, ਉੱਦਾਂ ਨਾ ਇਹਦੇ ਵਿੱਚ ਗੋਹੇ ਦੀ ਬੋ ਵੜ ਜਾਣੀ ਆ। ਨਹੀਂ ਤੂੰ ਸੂਟਾਂ ਦੀ ਕਹਿਣ ਦੀ ਆ, ਸੂਟਾਂ ਦੀ ਛੱਡ, ਹੁਣ ਤਾਂ ਮੈਂ 100 ਵਾਰੀ ਨਹਾ ਲਾਂਗੀ ਨਾ, ਮੇਰੇ ਆਪਣੇ 'ਚ ਹੀ ਗੋਹੇ ਦੀ ਮੁਸ਼ਕ ਨਹੀਂ ਜਾਣੀ। ਨਹੀਂ ਚੱਲ, ਗੋਹੇ ਕੂੜੇ ਨੂੰ ਛੱਡ, ਤੂੰ ਦੱਸ ਕੇ ਕੰਮ ਆਈ ਆ। ਉਹ ਨਹੀਂ ਨਹੀਂ, ਮੈਂ ਕੰਮ ਨਹੀਂ ਸੀ ਆਈ, ਮੇਰਾ ਘਰ ਦਾ ਕੰਮ ਹੋ ਗਿਆ ਸੀ ਤੇ ਮੈਂ ਕਿਹਾ ਘੜੀ ਜਾ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੀ ਹਾਂ, ਕੋਈ ਇੱਧਰ ਦੀਆਂ ਕਰਦੀ ਹਾਂ, ਕੋਈ ਉੱਧਰ ਦੀਆਂ ਗੱਲਾਂ ਕਰਦੀ ਹਾਂ। ਤੇ ਕੀ ਕਰਾਂ ਭੈਣਾ, ਕੰਮ ਤਾਂ ਮੇਰੇ ਮੁੱਕਦੇ ਨਹੀਂ ਆ, ਇੱਧਰੋਂ ਸਫਾਈ ਕਰਦੀ ਹਾਂ, ਉਹ ਵੇਖ ਲਾ ਤੇਰੇ ਸਾਹਮਣੇ ਹੀ ਆ ਨਾ, ਅਜੇ ਮੈਂ ਸਫਾਈ ਕਰਕੇ ਹੀ ਹਟੀ ਹਾਂ, ਉਹਨੇ ਫਿਰ ਖਲਾਰਾ ਪਾਤਾ ਤੇ ਬੰਦੇ ਮੇਰੇ ਨੇ ਆਉਂਦੇ ਹੀ ਆਣ ਕੇ ਆਖਣਾ ਵੀ ਤੂੰ ਕੰਮ ਨਹੀਂ ਕੀਤਾ, ਤੂੰ ਸਫਾਈ ਨਹੀਂ ਕੀਤੀ। ਲੈ, ਇੱਕ ਤਾਂ ਆਹ ਟਾਈਮ ਨਾਲ ਵਿਹਲੀ ਹੋ ਕੇ ਆ ਜਾਂਦੀ ਹੈ, ਇਹਨੂੰ ਘਰ ਆਪਣੇ ਕਿਤੇ ਚੈਨ ਨਹੀਂ ਹੈ, ਉਹਨੂੰ ਵੀ ਆਣ ਕੇ ਗਲੀ ਲਾ ਰਿਹਾ, 100 ਸਾਡਾ ਕੰਮ ਕਰਨ ਵਾਲਾ, ਹੱਦ ਹੀ ਹੋ ਗਈ ਇਹਦੇ ਵਾਲੀ। ਹਾਂ ਪ੍ਰੀਤੀ, ਕੋਈ ਕੰਮ ਆਈ? ਉਹ ਨਹੀਂ ਨਹੀਂ, ਮੈਂ ਤੇ ਉਦਾਂ ਹੀ ਫ੍ਰੀ ਸੀ ਤੇ ਮੈਂ ਕਿਹਾ ਘੜੀ ਗੱਲਾਂ ਕਰਕੇ ਆਉਂਦੀ ਆ। ਨਹੀਂ ਮੇਰੀ ਗੱਲ ਸੁਣ, ਉਹ ਵੇਖ ਤੈਨੂੰ ਖਲਾਰਾ ਨਹੀਂ ਲੱਭਦਾ, ਵਿਹਲੀ ਖਲੋ ਕੇ ਗੱਲਾਂ ਕਰੀ ਜਾਣੀ ਆ, ਉਹ ਖਲਾਰਾ ਕਿਹਨੇ ਚੁੱਕਣਾ ਵਾ? ਅਜੇ ਤਾਂ ਮੈਂ 4 ਮੱਝਾਂ ਹੋਰ ਲਿਆਉਣੀਆਂ ਸੋਚਣ ਡਿਆ ਵਾਂ, ਤੇਰੇ ਕੋਲ ਆਹ ਨਹੀਂ 2 ਸਾਂਭੇ ਜਾਣੀਆਂ, ਉਹ ਤੂੰ ਕਿੱਦਾਂ ਸਾਂਭ ਲਿਆਗੀ? ਮੇਰੀ ਗੱਲ ਸੁਣੋ, ਮੈਂ ਤੁਹਾਡੇ ਮਗਰੋਂ ਉਦੋਂ ਦੀ ਕੰਮ ਲੱਗੀ ਆ, ਆ ਮੈਂ ਜੇ ਇੱਥੇ ਹੀ ਆਈ ਆ ਤਾਂ ਉਧਰੋਂ ਪ੍ਰੀਤੀ ਆ ਗਈ ਆ ਤਾਂ ਉਹਨੇ ਫੇਰ ਕਰਤਾ, ਹੁਣ ਮੈਂ ਕੀ ਕਰ ਸਕਦੀ ਇਹਦੇ 'ਚ? ਗੱਲਾਂ ਘੱਟ ਕਰਿਆ ਕਰ ਚੰਗਾ, ਵਿਹਲੀ ਨਾ ਰਿਹਾ ਕਰੀ ਨੀ। ਉਹ ਨਹੀਂ ਨਹੀਂ ਭਾਜੀ, ਉਹ ਤੇ ਵਿਚਾਰੀ ਬਥੇਰਾ ਕੰਮ ਕਰਦੀ ਆ, ਹੁਣ ਡੰਗਰ ਖਲਾਰਾ ਤੇ ਫਿਰ ਪੈ ਹੀ ਜਾਂਦਾ ਵਾਣਾ। ਸਾਹਮਣਾ ਵੀ ਨਹੀਂ ਹੈਗਾ ਕਿ ਨਹੀਂ? ਸੁਣੋ, ਤੁਸੀਂ ਇੰਜ ਕਰੋ ਵੀ ਟਾਈਮ ਪੀਸ ਲਿਆ ਕੇ ਇੱਥੇ ਟੰਗ ਦਿਓ, ਟਾਈਮ ਵੇਖੇ ਟਾਈਮ ਨਾਲ ਕਰਦਿਆ ਕਰਨਗੇ ਤੇ ਮੈਂ ਵੀ ਟਾਈਮ ਨਾਲ ਸਾਂਭ ਲਿਆ ਕਰੂੰਗੀ। ਹਾਂ ਆਹ ਸਲਾਹ ਤੁਹਾਡੀ ਵਧੀਆ ਜੀ। ਹਾਂ ਸਲਾਹਾਂ ਨਾ, ਤੂੰ ਜਾ ਕੇ ਵਿੱਕੀ ਨੂੰ ਦੇ, ਆ ਓਏ ਤੇਰੇ ਹੱਥ ਜੋੜੇ, ਜੇ ਤੇ ਕੋਈ ਕੰਮ ਹੁੰਦਾ ਨਾ ਤੇ ਆਇਆ ਕਰ, ਨਹੀਂ ਤੇ ਆਪਣੇ ਘਰ ਰਿਹਾ ਕਰ ਚੰਗਾ। ਹਾਏ ਹਾਏ, ਹਾਂ ਇਹ ਨਹੀਂ ਤੇਰਾ ਬੰਦਾ ਮੂੰਹ ਦੀ ਬੇਇੱਜ਼ਤੀ ਕਰੀ ਜਾਂਦਾ, ਅੱਗੇ ਤਾਂ ਨਹੀਂ ਮੈਂ ਤੁਹਾਡੇ ਘਰ ਆਉਂਦੀ। ਚੱਲ ਨਾ ਆਏਗੀ ਤੇ ਫਿਰ ਕਿਹੜਾ ਮਸਿਆ ਲੱਗਣ ਵਾਲਾ ਚੱਲੀ ਹੈ, ਕੋਈ ਇਹ ਵੀ ਕੰਮ ਕਰ ਲਿਆ ਕਰੂਗੀ। ਚੱਲ ਚੱਲ ਚੁੱਕ ਚੁੱਕ। ਹੱਕਡਾ ਚਲਾਕ ਆ ਸੋਨੂੰ, ਮੈਨੂੰ ਮੇਰੇ ਮੂੰਹ ਤੇ ਹੀ ਕਹਿੰਦਾ ਸਾਡੇ ਘਰ ਨਾ ਆਇਆ ਕਰ। ਅੱਗੇ ਤੇ ਮੈਂ ਤੁਹਾਨੂੰ ਕਹਿੰਦੀ ਹੁੰਦੀ ਸੀ ਨਾ ਇਹਦੇ ਨਾਲ ਲੜਾਈ ਨਾ ਕਰਿਆ ਕਰੋ, ਹੁਣ ਤੇ ਮੈਂ ਤੁਹਾਨੂੰ ਖੁਦ ਕਹਿੰਦੀ ਆ, ਜਾ ਕੇ ਇਹਨੂੰ ਪੁੱਛੋ ਇਹਨੇ ਮੈਨੂੰ ਇਦਾਂ ਕਿਉਂ ਕਿਹਾ ਵਾ। ਉਹ ਗੱਲ ਕੀ ਹੋਈ ਆ, ਗੱਲ ਵੀ ਦੱਸੇਂਗੇ ਮੈਨੂੰ? ਮੈਂ ਉਹਨਾਂ ਦੇ ਘਰ ਗਈ, ਮੈਂ ਕਿਹਾ ਚੱਲ ਜੀ ਤੇਰੇ ਨਾਲ ਗੱਲਾਂ ਬਾਤਾਂ ਕਰਦੀ ਆ ਤੇ ਗਾੜੀ ਆਂਦਾ ਸਾਡੇ ਘਰ ਨਾ ਆਇਆ ਕਰ। ਤੇ ਸਹੀ ਤੇ ਕਿਹਾ ਫਿਰ ਉਹਨੇ, ਇਹਦੇ 'ਚ ਗਲਤ ਕੀ ਆ? ਜਦੋਂ ਮੈਂ ਤੈਨੂੰ ਕਹਿੰਦਾ ਕਿ ਹਿਸਾਬ ਹਿਸਾਬ ਦੇ ਜਾਣਾ ਚਾਹੀਦਾ ਆ, ਚਲੋ ਲੋੜ ਵੇਲੇ ਕੰਮ ਹੋਵੇ ਤਾਂ ਬੰਦਾ ਚੱਲ ਵੀ ਜਾਂਦਾ, ਜਦੋਂ ਬਿਨਾਂ ਵਜੇ ਜਾਈ ਜਾਣਾ ਜਾਈ ਜਾਣਾ।
ਅਗਲੇ ਦਾ ਵੀ ਤਾਂ ਟਾਈਮ ਭੱਜਦਾ ਹੀ ਆ। ਮੈਂ ਤੇ ਇਹ ਕਿਹਾ ਸੀ ਚੱਲ ਕੋਈ ਨਹੀਂ ਆਸੇ ਪਾਸੇ ਦੀ ਕੋਈ ਖਬਰ ਲੈ ਕੇ ਆਉਂਦੀ ਆ, ਕੋਈ ਗੱਲ ਸੁਣ ਕੇ ਆਉਂਦੀ ਆ ਕਿ ਪਿੰਡ ਵਿੱਚ ਕੀ ਹੋਣ ਡਿਆ ਵਾ। ਆਹੋ ਕਿ ਤੇਰਾ ਨਿਊਜ਼ ਚੈਨਲ ਆ ਨਾ, ਤੂੰ ਆਸੇ ਪਾਸੇ ਦੀਆਂ ਖਬਰਾਂ ਇਕੱਠੀ ਕਰਦੀ ਰਿਹਾ ਕਰ, ਸ਼ਾਮਾਂ ਨੂੰ ਦੇਣੀਆਂ ਜੋ ਹੁੰਦੀਆਂ ਡੀਡੀ ਨੈਸ਼ਨਲ ਤੇ। ਉਦੋਂ ਮੈਂ ਹਿਸਾਬ ਲਾ ਲਿਆ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਭਾਈ ਜਿੰਨੀ ਮਰਜ਼ੀ ਬੇਇੱਜ਼ਤੀ ਹੋ ਜੇ। ਬੰਦੇ ਦੀ ਬੇਇੱਜ਼ਤੀ ਤੇ ਇੱਜ਼ਤ ਬਣਾਉਣੀ ਆਪਣੇ ਹੱਥ ਵਾਸੀ ਹੁੰਦੀ ਆ। ਠੀਕ ਆ, ਅੱਗੇ ਤੋਂ ਮੈਂ ਕਿਤੇ ਵੀ ਨਹੀਂ ਜਾਂਦੀ, ਇਸੇ ਕਮਰੇ 'ਚ ਮੈਂ ਰਿਹਾ ਕਰਦੀ ਹਾਂ। ਆ ਓਏ ਆ ਤਾਂ ਬਸ ਤੇਰੀਆਂ ਗੱਲਾਂ ਹੀ ਆ, 10-15 ਦਿਨ ਜੀਤਾਂ ਘਰ ਨਾ ਜਾਏਗੀ ਕਿ ਹੋਰ ਨੂੰ ਸਹੇਲੀ ਭੈਣ ਬਣਾ ਲਏਗੀ, ਚੁਗਲੀਆਂ ਕਰਨ ਵਾਸਤੇ ਤਾਂ ਕੋਈ ਨਾ ਕੋਈ ਤੂੰ ਲੱਭ ਹੀ ਲੈਣੀ ਆ। ਬੇਬੇ ਬਣੀ ਵੀਰ ਦੇ ਸਿਰ ਚ ਲੱਤ ਮਾਰਨ ਡੀ, ਇੱਧਰ ਵੇਖ ਆਏ ਰੱਬਾ ਨੇ ਸ਼ਿਸ਼ੂ ਵੀ ਕਰਤਾ। ਦੀਦੀ ਆਓ ਇੱਧਰ, ਚੁੱਕੋ ਇਹਨੂੰ ਫੜੋ, ਵੇਖੋ ਇੱਧਰ ਸ਼ਿਸ਼ੂ ਕਰਤਾ ਜੇ। ਹੋਰ ਚੱਲ ਤੂੰ ਵੀ ਆ ਇੱਧਰ, ਇੱਧਰ ਆ। ਚਲੋ ਤੇਰੀ ਦਾਦੀ ਅੰਮਾ ਗਾਂਦੇ ਦਾਦੀ ਕੋਲ ਖੇਡ ਜਾ ਕੇ। ਅੱਜ ਮੇਰਾ ਪੁੱਤ, ਅੱਜ ਮੇਰਾ ਪੁੱਤ ਗਾਂਦੇ ਸਿਆਣੇ। ਦਾਰੀ ਸਾਲੀ ਤੇ ਰੂੜੀ ਦੀ ਵੀ ਸੁਣੀ ਜਾਂਦੀ ਆ, ਉਹਦੇ ਪੈਰਾਂ ਪਿੱਛੇ ਤੇਰੀ ਵੀ ਸੁਣੀ ਆ। ਰੱਬ ਨੇ ਮੇਰੇ ਪੁੱਤ ਤੁਹਾਨੂੰ ਮੇਰੇ ਪੁੱਤ ਦੇ ਪੁੱਤ ਦੇ ਤੁਹਾਨੂੰ ਸੋਹਣਾ ਜਿਹਾ ਲੱਭ ਲਾ ਜੋ। ਨਿਆਣੇ ਦਾ ਵੀ ਧਿਆਨ ਰੱਖ ਲਿਆ ਕਰੋ, ਇੱਥੇ ਉਹਦੇ ਨਾਲ ਖੇਡਦੀਆਂ ਰਹਿੰਦੀਆਂ। ਅੱਜ ਬਾਹਰ ਗਲੀ 'ਚ ਡਈ ਫਿਰਨ, ਫੜੋ ਨਾਲੇ ਨੇ ਪਜਾਮੀ ਗਿੱਲੀ ਕੀਤੀ ਆ। ਉੱਧਰ ਦੋ ਦੀ ਮਾਂ ਲਿਆਓ ਫੜਾ, ਇੱਧਰ ਆ ਤੇ ਹਾਂ ਮੈਨੂੰ ਦੋ, ਮੈਨੂੰ ਕਾਬੂ ਅਗਲੀ ਕਰ ਲੈ ਪਜਾਮੀ ਫਿਰ ਹੱਥ ਚੋਂ ਆ, ਇੱਧਰ ਬਦਲਾ ਪਜਾਮੀ ਇੱਧਰ ਆ ਲਿਆ ਉਹ ਫੜੋ, ਉਹਨੂੰ ਭੱਜ ਗਿਆ, ਮੇਰੇ ਹੱਥ ਨਹੀਂ ਆਉਂਦਾ ਨਹੀਂ ਮੈਂ ਨਵਾ ਲੈਣਾ ਵਾ। ਇੱਧਰ ਆ ਜਾ ਓਏ, ਇੱਧਰ ਆ ਜਾ ਬੰਦਿਆਂ ਨੂੰ ਨਾਲ। ਹਾਂਜੀ ਕਹਿੰਦੇ ਹੁੰਦੇ ਸੀ ਪੋਤਾ ਪੋਤੀ ਚਾਹੀਦਾ, ਹੁਣ ਦੱਸੋ। ਸਹੀ ਗੱਲ ਆ ਪੁੱਤ, ਸਤਾਉਂਦੇ ਤਾਂ ਬੜਾ ਸਾਰਾ ਦਿਨ, ਪਰ ਚੰਗੇ ਫੇਰ ਵੀ ਬੜੇ ਲੱਗਦੇ ਜੀ, ਸਾਰਾ ਦਿਨ ਰੌਣਕ ਲਾ ਹੜਦੇ ਨੇ। ਹਾਂਜੀ ਕਿੱਦਾਂ ਸਰਦਾਰ ਜੀ? ਓਹੋ ਹੋ ਪਿਓ ਦੀ ਦਾੜੀ ਪੁੱਟਣ ਡਿਆ। ਆਹੋ ਸ਼ਰਮ ਨਹੀਂ ਆਉਂਦੀ ਇਹਨੂੰ? ਹਾਂ ਨਹੀਂ ਦਾੜੀਆਂ ਨਹੀਂ ਪੁੱਟੀ ਦੀਆਂ ਮੱਤੀਏ। ਚਲੋ ਲਓ ਫੜੋ, ਚਲੋ ਰੌਣਕਾਂ ਦੇ ਨਾਲ ਹੀ ਹੁਣ ਭਾਵ ਆ ਘਰ ਦੇ ਵਿੱਚ। ਹੋਰ ਕੀ ਕਿਤੇ। ਬਾਕੀ ਭਾਜੀ ਦਾ ਆ ਫੋਨ, ਕੀ ਹਾਲ ਆ ਉੱਥੇ ਭਾਬੀ ਦਾ? ਹਾਲ ਕੀ ਆ, ਡਈ ਆ ਬਰਾਬਰ ਕਮਾਈਆਂ ਕਰਨ, ਚੱਲ ਚੰਗਾ ਸਗੋਂ ਆਉਣਗੇ ਹੁਣ ਕਿਸੇ ਦਿਨ। ਆਹ ਆਇਆ ਸੀ ਮੈਨੂੰ ਵੀ ਭਾਜੀ ਦਾ ਫੋਨ, ਕਹਿੰਦੇ ਆਉਣਾ ਆਪਾਂ ਥੋੜ੍ਹੀ ਦੇਰ ਤੱਕ। ਚਲੋ ਹਾਂ ਕਿੱਦਾਂ ਫਿਰ